मिंटू जी, लॉरेंस बिश्नोई समेत कुछ होरां नूं रिमांड ते लिया जी पुलिस। हाँ जी, देखो गल यह कि सवेरे तड़के 4 बजे इन्होंने पेश कर दिता सीगा, प्रोड्यूस कर दिता सीगा जी लॉरेंस बिश्नोई नूं। उत्थे 7 रोज़ा रिमांड जिहड़ा आ उह पुलिस ने हासिल कर लिया। तां उस तों बाद फिर उहनूं खरड़ खड़िया गया। उस तों बाद फिर क्योंकि मीडिया जिहड़ा उह जिवें विकास पागल हो गया सीगा, मीडिया भी कुछ इसे किस्म दा होया पिया सीगा, उहनां ने गच्चा जिहा दे दिता है। दो होर काफले कढे उत्थों, इक हुशियारपुर बन्नी ते एक इधर मानसे नू आ गया। तां कहिण दा मतलब यह है कि वह चोर भलाई जी दे के सारिआं नू इक पासे कर गए, हुण उह पता नहीं कित्थे आ। ते उहदे च सानू कोई दिलचस्पी भी है नहीं और होनी भी नहीं चाहीदी कि उह कित्थे आ। दूजी गल जिहड़ी है कि इस मामले दे विच कुछ होर जिहड़े ग्रोहबाज आ उहनां नू रिमांड ते लिया मानसा पुलिस ने, जिहड़े कि मानसा पुलिस दी कस्टडी च आ। तां लॉरेंस दा मसला कुछ वखरी किस्म दा है, ਉਹਨੂੰ ਰੱਖਿਆ ਗਿਆ ਮਾਨਸਾ ਦੇ ਵਿੱਚ। ਮਤਲਬ ਕਿ ਹੋ ਸਕਦਾ ਹੈ ਕਿ ਜ਼ਿਆਦਾਤਰ ਅਫਸਰ ਜਿਹੜੇ ਆ ਚੰਡੀਗੜ੍ਹ ਮੋਹਾਲੀ ਦੇ ਵਿੱਚ ਨੇ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਆ, ਜਾਂ ਜਿਹੜੀਆਂ ਜਿਵੇਂ ਇੰਟੈਲੀਜੈਂਸੀ ਦੀਆਂ ਟੋਲੀਆਂ ਨੇ, ਕਾਊਂਟਰ ਇੰਟੈਲੀਜੈਂਸੀ ਆ, ਫਿਰ ਇਸ ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ ਆ, ਸਾਰਿਆਂ ਦੇ ਹੈੱਡਕੁਆਟਰ ਤਕਰੀਬਨ ਉੱਥੇ ਆ। ਕਿਉਂਕਿ ਇਹਦੇ 'ਚ ਇੰਟੈਰੋਗੇਸ਼ਨ ਜਿਹੜੀ ਹੋਏਗੀ ਉਹ ਕਿਸੇ ਇੱਕ ਤਰ੍ਹਾਂ ਦੀ ਇੰਟੈਰੋਗੇਸ਼ਨ ਨਹੀਂ ਹੋਏਗੀ, ਇਹ ਮਲਟੀਪਲ ਹੋਏਗੀ। ਵੱਖ ਵੱਖ ਬ੍ਰਾਂਚਾਂ ਜਿਹੜੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਕਰ ਸਕਦੀਆਂ, ਐਸਾ ਮੇਰਾ ਮੰਨਣਾ, ਐਸਾ ਮੇਰਾ ਅੰਦਾਜ਼ਾ ਹੈ। ਦੂਜੀ ਚੀਜ਼ ਇਹ ਆ ਕਿ ਮਾਨਸਾ ਦੇ ਵਿੱਚ ਸ਼ਾਇਦ ਸਿਕਿਉਰਿਟੀ ਥਰੈਟ ਵੀ ਰਿਹਾ ਹੋਏਗਾ, ਕਿਉਂਕਿ ਮਾਨਸਾ ਜਿਹੜਾ ਸਿੱਧੂ ਮੂਸੇਵਾਲੇ ਦਾ ਆਪਣਾ ਏਰੀਆ, ਵੈਸੇ ਵੀ ਬਹੁਤ ਦੂਰ ਪੈ ਜਾਂਦਾ ਹੈ ਜੇ ਆਪਾਂ ਦੇਖੀਏ ਤਾਂ ਮੋਹਾਲੀ ਤੋਂ, ਖਾਸ ਤੌਰ ਤੇ ਪੁਲਿਸ ਦੇ ਉੱਚ ਅਧਿਕਾਰੀ ਜਹਾਨ ਆਉਣ ਵਾਸਤੇ ਵੀ ਕਈ ਵਾਰ ਟਾਈਮ ਨੂੰ ਦੇਖਦੇ ਆ। ਸੋ ਇਸ ਕਰਕੇ ਇੱਧਰ ਨੂੰ ਲੈ ਗਏ ਸੀ। ਹੁਣ ਮੈਂ ਜਿਵੇਂ ਕਹਿ ਰਿਹਾ ਕਿ ਪੱਕਾ ਪਤਾ ਨਹੀਂ ਹੈ ਕਿ ਕਿੱਥੇ ਆ ਇਸ ਟਾਈਮ। ਦੂਜੀ ਗੱਲ ਕਿ ਜਿਹੜੀ ਹੁਣੇ ਕਹਿ ਲਓ ਕਿ ਤਕਰੀਬਨ ਅੱਧਾ ਕੁ ਘੰਟਾ ਪਹਿਲਾਂ ਨਿਊਜ਼ ਫਲੈਸ਼ ਹੋਈ ਆ, ਉਹਦੇ 'ਚ ਇਹ ਦੱਸਿਆ ਜਾ ਰਿਹਾ ਵਾ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਕੋਈ ਨੇੜਲਾ ਸਾਥੀ ਅਬਰਾਡ ਜੀ, ਉਹਦੇ ਜੀਜੇ ਨੂੰ ਗ੍ਰਿਫਤਾਰ ਕੀਤਾ ਗਿਆ। ਹਥਿਆਰਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਿਕਵਰੀ ਜਿਹੜੀ ਹੈ, ਜਿਹਦੇ ਨਾਲ ਮਤਲਬ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਕੀਤਾ ਗਿਆ ਜੀ, ਉਹ ਹਥਿਆਰਾਂ ਦੀ ਰਿਕਵਰੀ ਜਿਹੜੀ ਕਹਿੰਦੇ ਆ ਕਿ ਲਗਭਗ ਹੁਣ ਕਰ ਲੈਣਗੇ। ਇਹਦਾ ਮਤਲਬ ਇਹ ਆ ਕਿ 2 ਦਿਨ ਪਹਿਲਾਂ ਇਹਨਾਂ ਨੇ ਜਿਹੜੇ 2 ਬੰਦੇ ਚੱਕੇ ਸਨ ਮੋਹਾਲੀ ਤੋਂ, ਹਾਂਜੀ, ਉਹਨਾਂ ਬਾਰੇ ਕਿਹਾ ਗਿਆ ਸੀਗਾ ਕਿ ਇਹ ਹਥਿਆਰਾਂ ਦੀ ਪੂਰਤੀ ਕਰਿਆ ਕਰਦੇ ਸੀਗੇ ਗਰੋਹਾਂ ਨੂੰ, ਵੱਖ ਵੱਖ ਗਰੋਹਾਂ ਨੂੰ, ਔਰ ਲਾਰੈਂਸ ਗਰੋਹ ਨੂੰ ਖਾਸ ਤੌਰ ਤੇ। ਤਾਂ ਹੁਣ ਇਹ ਜਿਹੜੇ 2 ਬੰਦੇ ਫੜੇ, ਉਸ ਤੋਂ ਬਾਅਦ ਇਹ ਮਸਲਾ ਆ ਗਿਆ ਇੱਥੋਂ ਤੱਕ ਕਿ ਲਾਰੈਂਸ ਨੂੰ ਵੀ ਲੈ ਆਏ, ਫਿਰ ਇੱਥੋਂ ਤੱਕ ਆ ਗਿਆ ਕਿ ਰਿਸ਼ਤੇਦਾਰ ਵੀ ਇਹਨਾਂ ਨੇ ਫੜਨੇ ਸਟਾਰਟ ਕਰ ਦਿੱਤੇ। ਤਾਂ ਤਕਰੀਬਨ ਕਹਿ ਲਓ ਕਿ ਪੁਲਿਸ ਜਿਹੜੀ ਆ ਉਹ ਆਪਣੀ ਜੋ ਇਹਨਾਂ ਨੇ ਬਾਅਦ ਦੇ ਵਿੱਚ ਤਫਤੀਸ਼ ਤੋਂ ਬਾਅਦ ਦੇ ਵਿੱਚ ਕਹਾਣੀ ਕਲੀਅਰ ਕਰਨੀ ਹੈ ਤਾਂ ਉਹ ਜੋੜਨੀ ਸਟਾਰਟ ਕਰ ਚੁੱਕੀ ਹੈ, ਕੜੀਆਂ ਜੋੜਨੀਆਂ ਮਤਲਬ ਕਿ ਸਟਾਰਟ ਕਰ ਚੁੱਕੀ ਹੈ ਪੰਜਾਬ ਪੁਲਿਸ। ਤਾਂ ਦੂਜੀ ਗੱਲ ਜਿਹੜੀ ਆ ਕਿ ਅੱਜ ਏ ਜੀ ਦਾ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਐਡਵੋਕੇਟ ਜਨਰਲ ਨੇ ਜਿਹੜੇ ਸਾਡੇ ਅਨਮੋਲ ਰਤਨ ਸਿੱਧੂ ਜੀ, ਉਹਨਾਂ ਨੇ ਸਾਫ ਕੀਤਾ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਆ ਕਿ ਜੋ ਮਤਲਬ ਕਿ ਸਾਡੇ ਕੋਲ ਕਲਪ੍ਰੇਟ ਸੀਗੇ ਮਨਪ੍ਰੀਤ ਮੰਨਾ ਜੀ, ਇਹ 2 ਅਲੱਗ ਅਲੱਗ ਮਨਪ੍ਰੀਤ ਨੇ, ਤਾਂ ਮਤਲਬ ਕਿ ਇਹਨਾਂ ਨੇ ਨਾਂ ਲਿਆ ਹੈ ਲਾਰੈਂਸ ਦਾ, ਉਸ ਤੋਂ ਬਾਅਦ ਅਸੀਂ ਨੋਮੀਨੇਟ ਕੀਤਾ ਉਹਨੂੰ ਪਰਚੇ ਦੇ ਵਿੱਚ। ਤਾਂ ਇਹ ਖੁਲਾਸਾ ਹੋ ਗਿਆ ਕਿਉਂਕਿ ਇਹੀ ਇੱਕ ਸਸਪੈਂਸ ਵਾਲੀ ਗੱਲ ਸੀ, ਇਹੀ ਇੱਕ ਭੇਤ ਵਾਲੀ ਗੱਲ ਸੀਗੀ ਕਿ ਬਾਈ ਇਹ ਉਹਨੂੰ ਨਾਮਜ਼ਦ ਕਿਉਂ ਨਹੀਂ ਕਰ ਰਹੇ। ਤਾਂ ਫਿਰ ਹੁਣ ਪਿੱਛੋਂ ਤੋੜੀ ਜਾ ਕੇ ਇਹ ਇਹਨਾਂ ਨੇ ਸਾਫ ਕੀਤਾ ਕਿ ਅਸੀਂ ਇਹਨਾਂ ਦੇ ਇੱਕ ਵਾਲੀਆ ਬਿਆਨ ਤੇ, ਮਤਲਬ ਕਿ ਜਦੋਂ ਕੋਈ ਪੁਲਿਸ ਕਸਟਡੀ ਦੇ ਵਿੱਚ ਇਹ ਮੰਨਦਾ ਕਿ ਹਾਂ ਅਸੀਂ ਕੀਤਾ ਜਾਂ ਅਸੀਂ ਇਹਦੇ ਵਿੱਚ ਇਨਵੋਲਵ ਹੈ, ਤਾਂ ਫਿਰ ਉਹਨੂੰ ਉਹ ਪੁਲਿਸ ਵਾਲੇ ਇੱਕ ਤਰ੍ਹਾਂ ਨਾਲ ਇਕਵਾਲ ਹੀ ਮੰਨਦੇ ਆ ਕਿ ਹਾਂ ਇਸ ਬੰਦੇ ਨੇ ਸਾਡੇ ਕੋਲ ਮੰਨਿਆ ਵਾ, ਕਨਫੈਸ਼ਨ ਜਿਹਨੂੰ ਤੁਸੀਂ ਆਉਂਦੇ ਜੇ ਅੰਗਰੇਜ਼ੀ ਦੇ ਵਿੱਚ, ਤਾਂ ਉਹ ਇਕਵਾਲ ਮੰਨਿਆ ਜਾਂਦਾ। ਤਾਂ ਉਹਦੀ ਬਿਨਾ ਤੇ ਉਹਦੇ ਵਿਹਾਵ ਤੇ ਨਾਮਜ਼ਦਗੀ ਹੋਈ ਆ ਲਾਰੈਂਸ ਬਿਸ਼ਨੋਈ। ਸੋ ਇਹ ਇੱਕ ਮੇਰੇ ਵੱਲੋਂ ਕੁਛ ਦਿਨ ਪਹਿਲਾਂ ਤੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀਗਾ ਕਿ ਕਿਉਂ ਨੀ ਇਹਨੂੰ ਨਾਮਜ਼ਦ ਕੀਤਾ ਜਾ ਰਿਹਾ। ਇਹਦਾ ਮਤਲਬ ਹੈ ਕਿ ਜਿਸ ਦਿਨ ਮਰਡਰ ਹੋਇਆ ਉਸ ਤੋਂ ਦੂਜੇ ਦਿਨ ਹੀ ਇਹਨਾਂ ਨੇ ਕਸਟਡੀ ਚ ਲੈ ਲਿਆ ਸੀ ਉੱਤਰਾਖੰਡ ਤੋਂ ਮਨਪ੍ਰੀਤ ਭਾਊ, ਤੇ ਉਸ ਤੋਂ ਅਗਲੇ ਦਿਨ ਲੈ ਲਿਆ ਸੀ ਮਨਪ੍ਰੀਤ ਮੰਨਾ। ਤਾਂ ਅਰਥ ਇਹ ਨਿਕਲਦਾ ਹੈ ਕਿ ਪੁਲਿਸ ਨੇ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਾਲ ਵਿਛਾਇਆ ਇਹਨੂੰ ਕਸਟਡੀ ਚ ਲੈਣ ਵਾਸਤੇ, ਕਿ ਹਾਈ ਕੋਰਟ ਚਲੇ ਗਏ ਸੀਗੇ ਨਾਲ ਦੀ ਨਾਲ ਲਾਰੈਂਸ ਹੋਰੀ, ਤਾਂ ਉਹਨਾਂ ਨੇ ਗੱਚਾ ਦਿੱਤਾ ਕਿ ਨਹੀਂ ਨਹੀਂ ਅਸੀਂ ਤੇ ਨਾਮਜ਼ਦ ਹੀ ਨਹੀਂ ਕੀਤਾ।
ਜਦਕਿ ਜਿਵੇਂ ਮੈਂ ਕਿਹਾ ਕਿ ਉਹ ਬੰਦੇ ਤੇ ਪਹਿਲਾਂ ਹੀ ਇਹਨਾਂ ਦੇ ਕੋਲ ਕਸਟਡੀ ਚ ਸਨ ਤਾਂ ਕਹਾਣੀ ਪਹਿਲਾਂ ਹੀ ਫਿੱਟ ਸੀ। ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਿਆ ਕਿ ਹਾਂ ਇੱਕ ਵਾਰੀ ਟਾਲਾ ਕਰ ਦਈਏ, ਜਦੋਂ ਫਿਰ ਸਮਾਂ ਆ ਗਿਆ ਉਦੋਂ ਪਾ ਦਿਆਂਗੇ ਪਟਾਕਾ। ਤਾਂ ਫਿਰ ਇਹਨਾਂ ਨੇ ਇਸ ਤਰੀਕੇ ਨਾਲ ਕਹਿ ਲਓ ਕਿ ਆਪਣਾ ਇਦਰਾਕ ਦਿਖਾਇਆ, ਸੂਝ ਬੂਝ ਦਿਖਾਈ ਤੇ ਇਹਨਾਂ ਨੇ ਅੰਤ ਦੇ ਵਿੱਚ ਕਸਟਡੀ ਹਾਸਲ ਕਰ ਲਈ ਹੈ। ਸੋ ਇਹ ਅੱਜ ਦੀ ਟੋਟਲ ਕਹਿ ਲਓ ਕਿ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਆਪਾਂ ਇਸ ਗੱਲ ਤੋਂ ਗੁਰੇਜ਼ ਕਰਦੇ ਹਾਂ ਕਿ ਐਵੇਂ ਅਫੜਾ ਦਫੜੀ ਵਾਲੀ ਮੀਡੀਆ ਜਿਸ ਤਰ੍ਹਾਂ ਅੱਜ ਖ਼ਬਰ ਪੇਸ਼ ਕਰ ਰਹੀ ਹੈ। ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ, ਸਨਸਨੀਖੇਜ਼ ਦਾ ਅਸੀਂ ਨਹੀਂ ਪਰੋਸਦੇ। ਜੋ ਵੈਲਿਡ ਜਾਣਕਾਰੀ ਹੈ ਉਹ ਤੇ ਬਹੁਤ ਗੱਲਾਂ ਨੇ, ਬਹੁਤ ਕਹਾਣੀਆਂ ਨਿਕਲ ਕੇ ਆ ਰਹੀਆਂ ਵਾ। ਜਿਵੇਂ ਕਹਿ ਰਿਹਾ ਵਾ ਕਿ ਹਥਿਆਰਾਂ ਸੰਬੰਧੀ ਵੀ ਕੁਛ ਜਾਣਕਾਰੀ ਹੈ, ਹੋਰ ਬੰਦਿਆਂ ਤੱਕ ਪਹੁੰਚਣ ਦੀ ਵੀ ਜਾਣਕਾਰੀ ਹੈ, ਪਰੰਤੂ ਜਦ ਤੱਕ ਰਿਕਾਰਡ ਤੇ ਨਹੀਂ ਆਉਂਦੀ, ਕਿਉਂਕਿ ਪੱਤਰਕਾਰਾਂ ਦੇ ਕੋਲ ਬਹੁਤ ਸਾਰੀਆਂ ਖ਼ਬਰਾਂ ਹੁੰਦੀਆਂ ਨੇ। ਪਰ ਇਹ ਪੱਤਰਕਾਰਾਂ ਦੇ ਵਿਵੇਕ ਤੇ ਹੁੰਦਾ ਕਿ ਉਹਨਾਂ ਨੇ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਕਿਸ ਪੱਧਰ ਦੀ ਜਾਣਕਾਰੀ ਦੇ, ਕਿਉਂਕਿ ਉਹ ਚੀਜ਼ਾਂ ਹੀ ਦਿਓ ਜਿਹੜੀਆਂ ਔਨ ਰਿਕਾਰਡ ਆ ਰਹੀਆਂ ਨੇ, ਜੋ ਚੀਜ਼ਾਂ ਖੁੱਲ ਕੇ ਸਾਹਮਣੇ ਆ ਰਹੀਆਂ। ਸੋ ਇਸ ਕਰਕੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਜਿਵੇਂ ਜਿਵੇਂ ਚੀਜ਼ਾਂ ਖੁੱਲਦੀਆਂ ਜਾਣਗੀਆਂ, ਅਸੀਂ ਤਿਵੇਂ ਤਿਵੇਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਉਹ ਜਾਣਕਾਰੀਆਂ ਅੱਗੇ ਦਿੰਦੇ ਜਾਵਾਂਗੇ।